जज ने तो कमाल करती है पंजाबीओ ते बारी हुण थोड़ी आ ते कड़म चौधरी तो खेड़ा छड़ाउण दा भी एक टाइम आ गया पर छुट्टू तां जे हुण बोलोगे हुण चुप ना रहो कमेंट भी करियो ते गल नूं अगे चलदा करियो जे गल नाल सहमत होए ते खेड़ा छड़ाउणा चाहुंदे हो। अज मैं गल करदा उस जज दी जिन्हें अज जजमेंट दित्ती आ। जजमेंट की दित्ती आ, किसी बंदे ने सिक्योरिटी मंग ली। जलंधर दा बंदा सी अरविंद कुमार शर्मा, कहिंदा जी मेरी जान नूं खतरा खालिस्तानियां तों। ਤਾਂ ਜੱਜ ਕਹਿੰਦਾ ਵੀ ਤੈਨੂੰ ਸਿਕਿਉਰਿਟੀ ਦੇ ਦਿੰਦੇ ਆ ਪਰ ਇੱਕ ਸ਼ਰਤ ਆ ਕਿ ਤੂੰ ਕਿਸੇ ਦੇ ਵਿਆਹਾਂ ਭੋਗਾਂ ਤੇ ਨਹੀਂ ਤੁਰੇ ਫਿਰੇਗਾ। ਗੱਲ ਸਾਰੇ ਸਮਝ ਗਏ ਹੋਵੋਗੇ ਕਿਉਂਕਿ ਵਿਆਹਾਂ ਭੋਗਾਂ ਦੇ ਰੋਹ ਪਾਉਣ ਦੇ ਮਾਰੇ ਤੇ ਆਪਦਾ ਸਮਾਜ ਦੇ ਵਿੱਚ ਰੁਤਬਾ ਦਿਖਾਉਣ ਦੇ ਮਾਰੇ ਲੋਕ ਸਿਕਿਉਰਿਟੀਆਂ ਲਈ ਜਾਂਦੇ ਆ। 12 ਤੋਂ ਉੱਤੇ ਦਰਜਨ ਤੋਂ ਉੱਤੇ ਸਿਵ ਸੈਨਿਕਾਂ ਦੀਆਂ ਜਥੇਬੰਦੀਆਂ ਨੇ ਤੇ ਹਰੇਕ ਦੇ ਪ੍ਰਧਾਨ ਨੂੰ 12-12 ਗੰਨਮੈਨ ਮਿਲੇ ਹੋਏ ਆ। ਕਿਉਂ ਬਈ ਖਰਚਾ ਸਾਡਾ ਇੱਕ ਬੰਦੇ ਦੇ 6-6 ਲੱਖ ਰੁਪਈਆ ਖਰਚ ਹੋਈ ਜਾਂਦਾ ਤੇ ਸਾਡੀ ਸਿਕਿਉਰਿਟੀ ਵਾਸਤੇ ਥਾਣਿਆਂ ਦੇ ਵਿੱਚ ਮੁਲਾਜ਼ਮ ਹੈ ਨਹੀਂ, ਨਫਰੀ ਹੈ ਨਹੀਂ। ਜਿਹਦਾ ਥਾਣਿਆਂ 'ਚ ਬਾਹ ਪੈਂਦਾ ਜਾ ਕੇ ਪਤਾ ਲੱਗਦਾ ਮਜਬੂਰੀਆਂ ਕੀ ਨੇ ਥਾਣੇ ਵਾਲਿਆਂ ਦੀਆਂ ਕਿਉਂਕਿ ਭਾਈ ਸਾਹਿਬ ਨਫਰੀ ਹੈ ਨਹੀਂ। 8000 ਬੰਦਾ ਸਿਕਿਉਰਿਟੀ ਤੇ ਲਾ ਰੱਖਿਆ, 8000 ਬੰਦਾ ਸੋਚ ਕੇ ਦੇਖੋ ਕਿਹਦੀ ਸਿਕਿਉਰਿਟੀ ਕਰਦਾ। ਇਹੀ MLA ਦੀ, ਕੜਮ ਚੌਧਰੀਆਂ ਦੀ ਤੇ ਇਹੋ ਜਿਹੜੇ ਮਗ ਜਾਣ ਬੁੱਝ ਕੇ ਆਪਦੀ ਜਾਨ ਨੂੰ ਖਤਰਾ ਦੱਸਦੇ ਆ, ਓਏ ਬਚਿਆ ਕਿਹੜਾ? ਸੂਰੀ ਅਰਕੇ ਨਹੀਂ ਬਚੇ, ਜਿਹਨੂੰ ਮਾਰਨ ਵਾਲਿਆਂ ਨੇ ਮਾਰ ਹੀ ਦੇਣਾ। ਤੇ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ, ਬੜਾ ਵਧੀਆ ਮੌਕਾ ਤੁਹਾਡੇ ਕੋਲੇ ਸਿਕਿਉਰਿਟੀ ਦੀ ਸਮੀਖਿਆ ਕਰਨ ਨੂੰ। ਇਹ ਜੱਜ ਸਾਹਿਬ ਦੀ ਜੱਜਮੈਂਟ ਨੂੰ ਥੋੜਾ ਮੋਟਾ ਯਾਰ ਸਿੱਖ ਲਓ। ਅਸੀਂ ਗੱਲ ਐਡਵਾਂਸ ਮੁਲਕਾਂ ਦੀ ਕਰਦੇ ਹਾਂ, ਉੱਥੇ ਹਰੇਕ ਬੰਦਾ ਪਬਲਿਕ ਦੇ ਵਿੱਚ ਵਿਚਰਦਾ ਜਾ ਕੇ ਜਾ, ਪਰ ਸਾਡੇ ਕੌਣ ਵਿਚਰਦਾ? ਅਸੀਂ ਸਾਰੇ ਜਾਣਦੇ ਹਾਂ, ਸਗੋਂ ਸਾਡੇ ਚੁਣੇ ਹੋਏ ਸਾਡੇ ਤੋਂ ਡਰੀ ਜਾਂਦੇ ਆ, ਧੱਕਾ ਮਾਰੀ ਜਾਣਗੇ। ਆਹ ਹੜ ਪੀੜ ਦਾ ਜਿਹੜਾ ਆਇਆ ਉਹ ਮੂਹਰੇ ਵਾ ਕੇ 100-100 ਗੰਨਮੈਨ ਹੁੰਦੇ ਆ, ਉਹ ਕੀ ਆ ਧੱਕੀ ਤੁਰੇ ਫਿਰਦੇ ਆ, ਪਾਸੇ ਹੋ ਜਾਓ ਪਾਸੇ ਹੋ ਜਾਓ ਪਾਸੇ ਹੋ ਜਾਓ, ਰੌਲਾ ਕੀ ਆ? ਅਸੀਂ ਸਾਰੇ ਜਾਣਦੇ ਹਾਂ। ਤੇ ਹੁਣ ਮੈਂ ਇੱਕੋ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਇਸ ਗੱਲ ਦੇ ਉੱਤੇ ਹੁਣ ਇਕੱਠੇ ਹੋ ਕੇ ਧੂੜ ਜ਼ਰੂਰ ਉਠਾ ਦਿਓ, ਗੱਲ ਕਰਿਓ ਆਪਣੇ ਫੇਸਬੁੱਕ ਦੇ ਉੱਤੇ, ਆਪਣੇ ਪੇਜਾਂ ਦੇ ਉੱਤੇ। ਇਹ ਗੱਲ ਰੱਖਣੀ ਜ਼ਰੂਰੀ ਆ ਤੁਹਾਡੇ ਵਾਸਤੇ, ਕਿਉਂਕਿ ਮੌਕਾ ਮਿਲਿਆ। ਜੱਜ ਜਿਹੜਾ ਸੀਗਾ ਉਹਨਾਂ ਨੇ ਜਿਹੜੀ ਜੱਜਮੈਂਟ ਦਿੱਤੀ ਆ, ਜੱਜ ਦਾ ਨਾਂ ਸੀ ਅਨੂਪ ਚਿਤਕਾਰਾ ਜੀ, ਜਿਨ੍ਹਾਂ ਨੇ ਕਿਹਾ ਕਿ ਤੁਹਾਨੂੰ ਸਿਕਿਉਰਿਟੀ ਮਿਲੂਗੀ ਪਰ ਵਿਆਹਾਂ ਭੋਗਾਂ 'ਤੇ ਤੁਸੀਂ ਜਾਓਗੇ ਨਹੀਂ। ਮਤਲਬ ਕੀ ਆ, ਜੇ ਤੁਹਾਡੀ ਜਾਨ ਨੂੰ ਖਤਰਾ ਫਿਰ ਤੁਸੀਂ ਲੋਕਾਂ 'ਚ ਜਾ ਕੇ ਲੈਣਾ ਕੀ ਆ ਘਰੇ ਬਹਿ ਜਾਓ? ਤੇ ਮੈਂ MLA ਨੂੰ ਵੀ ਪੁੱਛਦਾ, MP ਨੂੰ ਵੀ ਪੁੱਛਦਾ, ਪੁਰਾਣਿਆਂ ਨੂੰ ਵੀ ਪੁੱਛਦਾ ਜਿਹੜੇ ਅੱਜ ਵੀ ਸਿਕਿਉਰਟੀਆਂ ਲਈ ਫਿਰਦੇ ਆ। ਜੇ ਐਡਾ ਜਾਨ ਨੂੰ ਖਤਰਾ, ਜੇ ਮੈਂ ਲੋਕਾਂ ਤੋਂ ਡਰ ਲੱਗਦਾ ਫਿਰ ਲੋਕਾਂ ਨਾਲ ਇਹ ਲੋਕਾਂ 'ਚ ਖੜੇ ਕਿਉਂ ਹੁੰਦੇ ਹੋ? ਤੇ ਫਿਰ ਜਾਨੇ ਕੀ ਲੈਣ? ਇੱਕ ਬੇਨਤੀ ਆ, ਹੜਾਂ ਦੇ ਵਿੱਚ ਵੀ ਅਸੀਂ ਬਿਹਤਰ ਜਾਣਦੇ ਹਾਂ ਕਿ ਜਿਹੜੇ ਮੈਂ ਚੰਗੇ ਲੀਡਰ ਨੇ ਜਾਂ ਆਗੂ ਨੇ ਉਹਨਾਂ ਨੇ ਕੰਮ ਕਰਵਾਉਣਾ ਹੁੰਦਾ ਨਾ ਕਿ ਕਰਨਾ ਹੁੰਦਾ। ਉਹ ਬੈਠੇ ਉੱਥੋਂ ਬਿਹਤਰ ਕੰਮ ਕਰ ਸਕਦੇ ਆ, ਬਲਕਿ ਉਹਨਾਂ ਦੇ ਜਾਣ ਨਾਲ ਲੋਕਾਂ ਨੂੰ ਅੜਚਣੀ ਪੈਦਾ ਹੁੰਦੀਆਂ ਨੇ, ਪਰ ਫਿਰ ਸਾਡੇ ਵਰਗੇ ਹੀ ਆਕੜ ਲੱਗ ਜਾਂਦੇ ਆ, ਕਹਿੰਦੇ ਆ ਕੇ ਕਿਹੜਾ ਖੜਾ। ਹੁਣ ਜਾਖੜ ਸਾਹਿਬ ਨੇ ਪੁੱਛ ਲਿਆ, ਕਹਿੰਦੇ ਵੀ ਕਿਹੜਾ ਆ ਕੇ ਖੜਾ, ਫਲਾਣੇ ਥਾਂ ਕਿਹੜਾ ਖੜਾ? ਉਹ ਇਹਨਾਂ ਦੀ ਲੋੜ ਦਫ਼ਤਰਾਂ ਦੇ ਵਿੱਚ, ਉੱਥੋਂ ਬਹਿ ਕੇ ਸਹੀ ਕੰਮ ਕਰ ਲੈਣ, ਕੰਮ ਤਾਂ ਆਪੇ ਹੀ ਹੋਈ ਜਾਣੇ ਆ, ਕੰਮ ਪ੍ਰਸ਼ਾਸਨ ਨੇ ਕਰਨੇ ਆ। ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਮੌਕਾ ਆਇਆ। ਦੂਜੀ ਗੱਲ ਦੋਸਤੋ, ਬੜੀ ਸੋਚਣ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਨਵਾਂ ਦਫ਼ਤਰ ਖੁੱਲ੍ਹ ਗਿਆ ਨਾਰਕੋਟਿਕ ਨੂੰ, ਕੀ ਇਹਨਾਂ ਆਪਣਾ ਡਰੱਗਸ ਨੂੰ ਕੰਟਰੋਲ ਕਰਨ ਵਾਸਤੇ NCP ਦਾ ਅੰਮ੍ਰਿਤਸਰ ਦੇ ਵਿੱਚ, NIA ਕ੍ਰਾਈਮ ਨੂੰ ਕੰਟਰੋਲ ਕਰ ਰਹੀ ਹੈ, NCP ਹੁਣ ਪੰਜਾਬ 'ਚ ਡਰੱਗਸ ਨੂੰ ਕੰਟਰੋਲ ਕਰੂਗਾ, ਤੇ ED ਵਾਲੇ ਜਿਹੜੇ ਇਕਨੋਮਿਕ ਮਸਲੇ ਹੈਗਾ ਕੋਈ ਗਵਰਨ ਕਰ ਗਿਆ 35 ਲੱਖ ਤੋਂ ਉੱਤੇ ਦੇ ਮਸਲੇ ਸਾਰੇ ED ਦੇਖੂ, ਪਰ ਪੰਜਾਬ ਪੁਲਿਸ ਤੋਂ ਕੀ ਕਰਾਉਣਾ ਬਈ? ਪੰਜਾਬ ਪੁਲਿਸ ਰੱਖੀ ਕਾਹਦੇ ਵਾਸਤੇ ਆ? ਮੈਂ ਕਹਿੰਦਾ ਜੇ ਇਹਨਾਂ ਸਾਰੇ ਮਸਲਿਆਂ ਨੂੰ ਸੈਂਟਰਲਾਈਜ਼ ਸਿਸਟਮ ਹੋ ਰਿਹਾ ਕਿਤੇ ਨਾ ਕਿਤੇ ਹੱਥਾਂ 'ਚੋਂ ਖੋ ਰਹੇ ਆ, ਤੇ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਸਾਰੇ ਜਾਣਦੇ ਕਿ ਸੈਂਟਰ ਨੇ ਗਲਬਾ ਮਜ਼ਬੂਤ ਕਰਨਾ, ਇਹਦਾ ਵੀ ਵਿਰੋਧ ਕਰਨਾ ਬਣਦਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਗੱਲਾਂ 'ਤੇ ਗੌਰ ਕਰਿਓ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਖਾਸ ਕਰ ਦੋਸਤੋ, ਇਸ ਪੇਜ ਦੀ ਰੇਂਜ ਘੱਟ ਦਿੱਤੀ ਗਈ ਸੀ ਪਿਛਲੇ ਸਮੇਂ ਦੇ ਵਿੱਚ, ਹੁਣ ਤੋਂ ਦੁਬਾਰਾ ਸ਼ੁਰੂ ਕੀਤੀ ਹੈ, ਤੇ ਤੁਹਾਨੂੰ ਬੇਨਤੀ ਕਰਦਾ ਇਹਦੀ ਇੱਕ ਵਾਰ ਬੇਸ਼ੱਕ ਅਨਸਬਸਕ੍ਰਾਈਬ ਕਰਕੇ ਸਬਸਕ੍ਰਾਈਬ ਦੁਬਾਰਾ ਕਰ ਲਿਓ, ਤੇ ਪੋਸਟ ਨੂੰ ਜਦੋਂ ਸ਼ੇਅਰ ਕਰ ਲਓਗੇ ਤੁਹਾਨੂੰ ਇਹਦਾ ਨੋਟੀਫਿਕੇਸ਼ਨ ਆਉਣਾ ਸ਼ੁਰੂ ਹੋ ਜਾਊਗਾ। ਜਿੰਨਾ ਕੁ ਸ਼ੇਅਰ ਕਰ ਸਕਦੇ ਹੋ ਕੋਸ਼ਿਸ਼ ਕਰਿਓ ਸਾਥ ਦੇਣ ਦੀ, ਤੇ ਬਾਕੀ ਤੁਹਾਡਾ ਕੀ ਆ, ਲੋਕਾਂ ਦਾ ਕੀ ਫਾਇਦਾ ਹੋਣਾ? ਸਭ ਤੋਂ ਵੱਡਾ ਹੁਣ ਲੋਕਾਂ ਦਾ ਫਾਇਦਾ ਹੋਣਾ, ਤੁਹਾਡਾ ਪਲੇਟਾਂ ਦਾ ਪਰ ਪਲੇਟ ਜਿਹੜਾ ਵਿਆਹਾਂ ਦੇ ਖਰਚਾ ਹੁੰਦਾ ਉਹ ਬਚੂਗਾ। ਮੈਂ ਅਕਸਰ ਗੱਲ ਕਰਦਾ ਹੁੰਦਾ ਆਪਾਂ ਨੂੰ MLA ਤੋਂ ਕੰਮ ਆਪਾਂ ਕੀ ਲੈਂਦੇ ਹਾਂ? ਸਭ ਤੋਂ ਵੱਡਾ ਕੰਮ ਅਸੀਂ ਕੀ ਲੈਂਦੇ ਹਾਂ? ਅਸੀਂ ਵਿਆਹਾਂ ਭੋਗਾਂ ਦਾ ਕਾਰਡ ਦੇ ਆਉਂਦੇ MLA ਨੂੰ ਸਿੱਧਾ, ਪਿੰਡਾਂ ਦੇ ਕੜਮ ਚੌਧਰੀਆਂ ਨੂੰ ਪਾਸੇ ਕੱਢ ਕੇ। ਪਰ ਜਦੋਂ MLA ਆਉਂਦਾ ਨਾਲੋਂ ਪਿੰਡ ਦੇ ਕੜਮ ਚੌਧਰੀ ਵੀ ਆ ਜਾਂਦੇ ਜਿਹਨਾਂ ਨੂੰ ਅਸੀਂ ਮੱਥੇ ਲਾ ਕੇ ਨਹੀਂ ਰਾਜ਼ੀ ਹੁੰਦੇ, ਤੇ ਉਹ ਸਾਡੇ ਵਿਆਹਾਂ 'ਚ ਆ ਕੇ ਪਲੇਟਾਂ ਚੱਕੀ ਖੜੇ ਹੁੰਦੇ ਆ ਜਿਹਨਾਂ ਨੂੰ ਅਸੀਂ ਮੱਥੇ ਲਾ ਕੇ ਨਹੀਂ ਰਾਜ਼ੀ ਹੁੰਦੇ। ਤੇ ਅਸੀਂ ਫਿਰ ਕੀ ਕਰਦੇ ਹਾਂ? ਅਸੀਂ ਆਪਦੇ ਸਕੇ ਰਿਸ਼ਤੇਦਾਰ ਛੱਡ ਕੇ ਉਹਨਾਂ ਦੀਆਂ ਲਾਲਾਂ ਚੱਟਦੇ ਹਾਂ। ਇਹ ਕੰਮ ਤੋਂ ਖਿਹੜਾ ਛੁੱਟ ਜੂ, ਤੇ ਜਿਹੜੇ ਚੱਟਦੇ ਆ ਮੈਂ ਉਹਨਾਂ ਨੂੰ ਕਲੀਅਰ ਨਹੀਂ ਕਹਿ ਸਕਦਾ, ਪਰ ਜਿਹੜੇ ਉਹ ਚੀਜ਼ ਨੂੰ ਗਲਤ ਸਮਝਦੇ ਆ ਉਹ ਬੰਦੇ ਐਤਕੀ ਇਕੱਠੇ ਹੋ ਕੇ ਰੌਲਾ ਜ਼ਰੂਰ ਪਾਇਓ। ਮੈਂ ਕਹਿੰਦਾ ਜੇ ਸਿਕਿਉਰਟੀਆਂ ਰੱਖਣੀਆਂ ਫਿਰ ਵਿਆਹ ਭੋਗਾਂ 'ਚ ਨਾ ਆਇਓ, 15-15 ਬੰਦੇ ਲੈ ਕੇ ਆਉਂਦੇ ਆ, ਮਾੜੇ ਘਰ ਦਾ ਦਿਵਾਲਾ ਕੱਢ ਦਿੰਦੇ ਆ, ਤੇ ਲੋਕ ਕਈ ਆਪਦੀ ਟੌਹਰ ਦੇ ਮਾਰੀ ਕੀ ਇਹਨਾਂ ਨੂੰ ਬੁਲਾਈ ਜਾਂਦੇ ਆ। ਇਸ ਕਰਕੇ ਸਾਰਿਆਂ ਨੂੰ ਬੇਨਤੀ ਇਹੀ ਕਰਦਾ ਕਿ ਜੱਜ ਸਾਹਿਬ ਦੇ ਫੈਸਲੇ ਦਾ ਸਵਾਗਤ ਕਰਿਓ, ਤੇ ਜਿਹੜਾ ਫੈਸਲਾ ਆਇਆ ਇਹਦੇ ਤੋਂ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਸਿਕਿਉਰਟੀ ਦੀ ਸਮੀਖਿਆ ਕਰ ਲਓ ਆਪਦੀ ਦੀ,
ਹਰੇਕ ਬੰਦੇ ਨੇ ਕਿਹਾ ਪਹਿਲਾਂ ਚੰਨੀ ਨੇ ਵੀ ਕਿਹਾ ਉਦੋਂ ਪਹਿਲਾਂ ਸਾਰੇ ਕਹਿੰਦੇ ਰਹੇ ਕਿ ਹਾਂਜੀ ਸਿਕਿਉਰਿਟੀ ਘਟਾਈ ਜਾਊ ਪਰ ਘਟਾਈ ਮਿੱਤਰੋ ਕਿਸੇ ਨੇ ਨਹੀਂ ਸਾਰਿਆਂ ਨੇ ਵਧਾਈ ਗਈਆਂ ਤੇ ਸਾਡੇ ਥਾਣਿਆਂ ਦੇ ਵਿੱਚ ਜਿਨ੍ਹਾਂ ਨੇ ਸਾਡੀ ਸਿਕਿਉਰਿਟੀ ਕਰਨੀ ਆ ਉੱਥੇ ਕੋਈ ਬੰਦਾ ਨਹੀਂ ਥਿਆਉਂਦਾ ਥਾਣਿਆਂ ਦੇ ਵਿੱਚ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਹੱਥ ਕੀ ਆ ਇੱਕ ਮੌਕਾ ਹੈਗਾ ਇਸ ਮੌਕੇ ਨੂੰ ਵਰਤਿਓ ਜ਼ਰੂਰ ਤੇ ਸਾਡਾ ਜਿਹੜਾ ਸੈਂਟਰ ਖੋ ਰਿਹਾ ਜਿਹੜੇ ਹੱਕ ਹਰੇਕ ਥਾਂ ਦੇ ਕੰਟਰੋਲ ਕਰ ਰਿਹਾ ਉਹਦੇ ਵੀ ਖਿਲਾਫ ਡਟ ਕੇ ਬੋਲਿਆ ਜ਼ਰੂਰ ਕਰੋ ਕਿਉਂਕਿ NCP ਆ ਗਈ NIA ਆ ਗਈ ED ਆ ਗਈ ਤੇ ਫਿਰ ਸਾਡੇ ਕੀ ਆ ਪ੍ਰਸ਼ਾਸਨ ਇਹਨਾਂ ਦਾ ਕੰਮ ਕੀ ਰਹਿ ਗਿਆ ਇਹ ਸਾਡੀ ਭਗਵੰਤ ਮਾਨ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਉਹ ਚਾਅ ਨਾਲ ਮੰਗਾ ਤਾਂ ਰਹੇ ਆ ਪਰ ਇਹ ਚੀਜ਼ਾਂ ਸਾਨੂੰ ਕੱਲ੍ਹ ਨੂੰ ਦੁੱਖ ਵੀ ਦੇਣਗੀਆਂ ਕਿਉਂਕਿ ਇਹਦੇ ਨਾਲ ਫਿਰ ਕੀ ਆ ਮੈਂ ਕਹਿੰਦਾ ਸਾਰੀਆਂ ਸਰਕਾਰਾਂ ਦਾ ਜਿਹੜਾ ਤੋੜ ਮਰੋੜ ਹੋਣਾ ਨਾ ਜਿਹੜੇ ਭਜਾਉਣੇ ਆ ਤੇ ਜਿਹੜੇ ਜੋੜਨੇ ਆ ਉਹ ਇਹਨਾਂ ਏਜੰਸੀਆਂ ਦੇ ਜਿਹੜੇ ਇਹ ਮੱਕੇ ਹੈਗੇ ਆ ਗਰੁੱਪ ਬਣਾਏ ਆ ਕ੍ਰਾਈਮ ਕੰਟਰੋਲ ਕਰਨ ਵਾਸਤੇ ਲਾ ਲਓ ਨਾਰਕੋਟਿਕ ਕੰਟਰੋਲ ਕਰਨ ਵਾਸਤੇ ਲਾ ਲਓ ਇਹ ਸਾਰਿਆਂ ਨੇ ਫਿਰ ਕੀ ਆ ਵਰਤਣਾ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਸੈਂਟਰ ਦੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਗਾਉਣ ਵਾਸਤੇ ਵਰਤਣਾ ਸਾਰਿਆਂ ਨੂੰ ਬੇਨਤੀ ਕਰਦਾ ਮੌਕਾ ਚੰਗਾ ਦਸਤੂਰ ਆ ਜੇ ਨਫ਼ਰਤ ਕਰਦੇ ਹੋ ਇਹਨਾਂ ਸਿਕਿਉਰਟੀਆਂ ਜਿਹੜੀਆਂ ਲੈ ਕੇ ਘੂੰ ਘੂੰ ਬੱਤੀਆਂ ਮਾਰਦੇ ਆਉਂਦੇ ਹੁੰਦੇ ਜਦੋਂ ਅਸੀਂ ਜਾਂਦੇ ਹੁੰਦੇ ਸੜਕ ਤੇ ਇੱਕ ਕਾਲੇ ਕੋਟ ਵਾਲੇ ਮਾ ਕੇ ਜਿਹੜੇ ਵਰਦੀਆਂ ਵਾਲੇ ਕੱਢ ਕੇ ਬਾਹ ਪਾਸੇ ਕਰਦੇ ਹੁੰਦੇ ਵੀ ਸੜਕ ਤੇ ਤੂੰ ਕਿੱਧਰ ਮੂੰਹ ਚੱਕਿਆ ਵੀ ਪਾਸੇ ਹੋ ਜਾ ਉਹਨਾਂ ਲੋਕਾਂ ਨੂੰ ਖਹਿੜਾ ਛਡਾਉਣ ਦਾ ਟਾਈਮ ਆ ਬੋਲਿਓ ਜ਼ਰੂਰ ਵਿਰੋਧ ਕਰੋ ਇਹਨਾਂ ਚੀਜ਼ਾਂ ਦਾ ਡਟ ਕੇ ਜੇ ਸਹਿਮਤ ਹੋ ਤਾਂ ਇਸ ਪੋਸਟ ਨੂੰ ਅੱਗੇ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।